ਸਤਿ ਸ੍ਰੀ ਅਕਾਲ ਸਾਰੇ ਨੂੰ ਸੋ ਮੇਰਾ ਨਾਮ ਗੁਰਵਿੰਦਰ ਆ ਵੈਲਕਮ ਟੂ ਇੰਜੀਨੀਅਰਸ ਕੈਰੀਅਰ ਪੁਆਇੰਟ ਪਲੈਟਫਾਰਮ ਸੋ ਅੱਜ ਦਾ ਜਿਹੜਾ ਮੇਰਾ ਵੀਡੀਓ ਹੈ ਉਹ ਹੈ ਰਿਲੇਟਡ ਟੂ ਦਾ ਇਲੈਕਟ੍ਰੀਕਲ ਸਟੂਡੈਂਟਸ ਸਪੈਸ਼ਲੀ ਪੰਜਾਬ ਦੇ ਸਟੂਡੈਂਟਸ ਜਿਹੜੇ ਆਉਣ ਵਾਲੀ ਜੂਨੀਅਰ ਇੰਜੀਨੀਅਰ ਦੀ ਵੈਕੈਂਸੀਜ਼ ਲਈ ਪ੍ਰਪਰੇਸ਼ਨ ਕਰ ਰਹੇ ਹਨ ਆਲਦੋ ਕਿ ਜਿਵੇਂ ਹੁਣ ਜਿਹੜਾ ਅਗਰ ਆਪਾਂ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਜਿਹੜਾ ਹੁਣੀ ਨੋਟੀਫਿਕੇਸ਼ਨ ਜਿਸਦੇ ਵਿੱਚ 12 ਵੈਕੈਂਸੀਜ਼ ਹੈ ਉਸ ਦੇ ਲਈ ਤਾਂ ਆਲਰੇਡੀ ਪ੍ਰਪਰੇਸ਼ਨ ਚੱਲ ਰਹੀ ਹੈ ਤੇ ਕਾਫੀ ਮੇਰੇ ਖਿਆਲ ਚ ਤਕਰੀਬਨ ਹੋ ਗਏ ਸ਼ਾਇਦ ਹੁਣ ਕਾਫੀ ਸਟੂਡੈਂਟਸ ਦੀ ਕੁਐਰੀ ਆ ਗਈ ਸੀ ਸਰ ਅਸੀਂ ਪਿੱਛੇ ਹੋ ਗਏ ਆਲਦੋ ਕਿਉਂ ਸਾਈਕੋਲੋਜੀਕਲ ਹੁੰਦਾ ਕਿ ਸਰ ਅਸੀਂ ਪਿੱਛੇ ਆਏ ਜਾਂ ਅੱਗੇ ਆਏ ਕਾਫੀ ਮਿਸ ਹੋ ਗਿਆ ਸਰ ਕੋਈ ਨਵਾਂ ਬੈਚ ਸਟਾਰਟ ਕਰ ਦੋ ਔਰ ਸਰ ਕੁਝ ਇਸ ਤਰੀਕੇ ਨਾਲ ਕੋਈ ਨਵਾਂ ਬੈਚ ਸਟਾਰਟ ਕਰ ਦੋ ਕਿ ਆਉਣ ਵਾਲੀ ਹੋਰ ਵੀ ਜਿਹੜੀ ਵੈਕੈਂਸੀਜ਼ ਹੋਣਗੀਆਂ ਚਾਹੇ ਉਹ ਪੀਐਸਪੀਸੀਐਲ ਦੇ ਰਿਲੇਟਡ ਹੋਵੇ ਚਾਹੇ ਪੀਐਸਟੀਸੀਐਲ ਦੇ ਰਿਲੇਟਡ ਹੈ ਜਾਂ ਕੋਈ ਹੋਰ ਪੀਪੀਐਸਸੀ ਅਗਰ ਸਪੋਜ਼ ਫਾਰ ਇਗਜ਼ਾਮਪਲ ਜੇਈ ਦਾ ਕਰਵਾਉਂਦਾ ਹੈ ਜਾਂ ਪੀਟਰ ਪਲਸ ਬੀ ਦੀ ਹੋਰ ਡਿਪਾਰਟਮੈਂਟ ਦੀ ਜੇਈ ਦੀ ਵੈਕੈਂਸੀਸ ਆਉਂਦੀ ਹੈ ਤਾਂ ਸਾਡਾ ਕੁ ਹੁਣ ਜਿਹੜਾ ਅਸੀਂ ਮੋਡਿਊਲ ਲਾਂਚ ਕਰਨ ਜਾ ਰਹੇ ਹਾਂ ਇਹ ਡੈਡੀਕੇਟਿਡ ਮੋਡਿਊਲ ਉਸੀ ਪਰਪਸ ਦੇ ਲਈ ਹੈ ਜਿਸ ਦੇ ਵਿੱਚ ਡਿਪਲੋਮਾ ਲੈਵਲ ਤੇ ਜਿੰਨੀ ਵੀ ਵੈਕੈਂਸੀਜ਼ ਆਂਦੀ ਹੈ ਚਾਹੇ ਉਹ ਪੰਜਾਬ ਦੇ ਰਿਲੇਟਿਡ ਹੈ ਚਾਹੇ ਉਹ ਸੈਂਟਰਲ ਗਵਰਨਮੈਂਟ ਦੇ ਜੀਈ ਦੇ ਰਿਲੇਟਿਡ ਹੈ ਤੇ ਕਾਫੀ ਹੱਦ ਤੱਕ ਪਾੜ ਜਿਹੜਾ ਰੇਲਵੇ ਰਿਕਰੂਟਮੈਂਟ ਬੋਰਡ ਦਾ ਜੀਈ ਦੀ ਵੈਕੈਂਸੀਜ਼ ਆਣੀ ਹੈ ਉਹ ਵੀ ਕਵਰ ਕਰੇਗਾ ਐਕਸੈਪਟ ਉਹ ਟੌਪਿਕ ਜਿਹੜੇ ਇਹਨਾਂ ਨਾਲ ਨਹੀਂ ਮਿਲਦੇ ਫੋਰ ਐਗਜ਼ਾਮਪਲ ਉਸ ਦੇ ਵਿੱਚ ਫਿਜ਼ਿਕਸ ਔਰ ਕੈਮਿਸਟਰੀ ਵੀ ਆਂਦਾ ਹੈ ਉਹ ਇਸ ਦੇ ਵਿੱਚ ਨਹੀਂ ਹੋ ਪਾਏਗਾ ਰਾਈਟ ਲੇਕਿਨ ਅਦਰਵਾਇਜ਼ ਮੋਰਰਲੈਸ ਜੀਈ ਹੁਣ ਉਸ ਦੇ ਰਿਲੇਟਡ ਕਾਫੀ ਕੁਐਰੀਜ਼ ਸੀਗੀਆਂ ਆਲਦੋ ਕਿ ਇਸ ਟਾਈਪ ਦਾ ਵੀਡੀਓ ਮੈਂ ਬਾਕੀ ਬ੍ਰਾਂਚਿਸ ਲਈ ਮਕੈਨੀਕਲ ਸਿਵਲ ਲਈ ਮੈਂ ਬਣਾਉਂਦਾ ਹੁੰਦਾ ਇਲੈਕਟ੍ਰੀਕਲ ਦੀ ਮੈਂ ਹਲੇ ਤੱਕ ਵੀਡੀਓ ਨਹੀਂ ਬਣਾਈ ਸੀਗੀ ਆਲਦੋ ਕਿ ਸਟੂਡੈਂਟ ਟਰਸਟ ਇੰਜੀਨੀਅਰਸ ਕਰਿਓ ਪੁਆਇੰਟ ਤੇ ਯੂਰਪ ਇੰਡੀਆ ਤੇ ਟਰਸਟ ਕਰਦੇ ਹਾਂ ਤੇ ਉਹਨਾਂ ਨੇ ਜੁਆਇਨ ਕਰਕੇ ਆਪਣੀ ਕਲਾਸਿਸ ਕਰ ਰਹੇ ਹਾਂ ਉਸ ਦੀਆਂ ਹੁਣ ਜੰਮੂ ਕਸ਼ਮੀਰ ਦੇ ਲਈ ਵੀ ਅਸੀਂ ਬੈਚ ਸਟਾਰਟ ਕਰ ਰਹੇ ਹਾਂ ਕਰ ਤੋਂ ਤੇ ਕੱਲ ਤੋਂ ਹੀ ਜਿਹੜਾ ਇੱਕ ਆਪਣਾ ਬੈਚ ਜਿਹੜਾ ਹੈ ਉਹ ਪੰਜਾਬ ਦੇ ਸਟੂਡੈਂਟਸ ਲਈ ਵੀ ਸਟਾਰਟ ਹੋ ਰਿਹਾ ਹੈ ਜਿਸ ਦੇ ਵਿੱਚ ਜਿਹੜਾ ਹੈ ਉਸ ਦੀ ਡਿਟੇਲਸ ਉਸ ਦੇ ਮੋਡਿਊਲ ਦੇ ਰਿਲੇਟਡ ਡਿਟੇਲ ਜਿਹੜੀਆਂ ਹੈ ਉਸ ਦਾ ਮੈਂ ਸਾਰਾ ਹੁਣੀ ਤੁਹਾਨੂੰ ਉਸ ਦਾ ਇਨਫੋਰਮੇਸ਼ਨ ਪ੍ਰੋਵਾਈਡ ਕਰ ਰਿਹਾ ਹਾਂ राइट ਜਿਹੜੇ ਵੀ ਇਸ ਦੇ ਵਿੱਚ ਇੰਟਰਸਟਿਡ ਹੈ ਇਸ ਬੈਚ ਦੇ ਲਈ ਉਹ ਸਾਰੇ ਦੇ ਸਾਰੇ ਗੂਗਲ ਫਾਰਮ ਫਿਲ ਕਰਦੇ ਆ ਡਿਸਕ੍ਰਿਪਸ਼ਨ ਚ ਦਿਆ ਹੋਇਆ ਮੈਨੂੰ ਡਾਇਰੈਕਟਲੀ ਕਾਲ ਕਰਕੇ ਤੁਸੀਂ ਆਪਣਾ ਡਿਸਕਸ਼ਨ ਕਰ ਸਕਦੇ ਹੋ ਆਲਰੇਡੀ ਸੈਂਪਲ ਵੀਡੀਓਜ਼ YouTube ਤੇ ਉੱਪਰ ਮੈਂ ਪਾਈ ਹੋਈਆਂ ہیں ਜਿਸ ਦੇ ਵਿੱਚ ਕਿਹੜੇ ਕਿਹੜੇ ਟੀਚਰਸ ਹੈ ਕੀ-ਕੀ ਹੈ ਉਹ ਇਸ ਦੇ ਵਿੱਚ ਵੀ ਮੈਂ ਦੱਸੂਗਾ ਤੇ ਉਹਨਾਂ ਸਾਰੀਆਂ ਦੀ ਵੀਡੀਓਜ਼ ਆਪਣੇ YouTube ਚੈਨਲ ਦੇ ਉੱਪਰ ਪਈ ਹੋਈਆਂ ਉਹ ਤੁਹਾਡੇ ਲਈ ਇੱਕ ਰੈਫਰੈਂਸ ਵੀਡੀਓਜ਼ ਹੈ ਕਿਉਂਕਿ ਕਾਫੀ ਬੱਚੇ ਉਸ ਦੇ ਰਿਲੇਟਡ ਪੁੱਛਦੇ ਆ ਮੈਨੂੰ ਕਿ ਸਰ ਕੁਝ ਟੀਚਰਸ ਦੇ ਬਾਰੇ ਦੱਸ ਸਕਦੇ ਹੋ ਕਿ ਕੌਣ ਹੈ ਕੀ ਪੜ੍ਹਾਣੇ ਹੈ ਕਿਸ ਤਰੀਕੇ ਨਾਲ ਪੜ੍ਹਾਣੇ ਹੈ ਸਰ ਉਸ राइट चलो मैं इंफॉर्मेशन ਤੁਹਾਨੂੰ ਦੇਣਾ ਪ੍ਰੋਵਾਈਡ ਕਰਦਾ ਹੁਣ ਇਸ ਦੇ ਵਿੱਚ ਜਿਵੇਂ ਮੈਂ ਲਿਖਿਆ ਹੁਣ ਮੈਂ ਉਹ ਨਾ ਪੀਐਸਟੀਸੀਐ ਲਿਖਿਆ ਨਾ ਮੈਸੇਜ ਸੀਜੀ ਲਿਖਿਆ ਨਾ ਮੈਂ ਕੁਝ ਹੋਰ ਲਿਖਿਆ ਮੈਂ ਸਿੰਪਲ ਲਿਖਿਆ ਪੰਜਾਬ ਜੂਨੀਅਰ ਇੰਜੀਨੀਅਰ ਇਲੈਕਟ੍ਰੀਕਲ ਦੇ ਵਿੱਚ ਜਿਸ ਦੇ ਵਿੱਚ ਐਕਸਪੈਕਟਿਡ ਹੈ ਜਿਵੇਂ 500 ਪਲੱਸ ਵੈਕੈਂਸੀਜ਼ ਦਾ ਜਿਹੜਾ ਨੋਟੀਫਿਕੇਸ਼ਨ ਹੈ ਮੇਰੇ ਖਿਆਲ ਦੇ ਵਿੱਚ ਜਿਹੜਾ ਜੋ ਮੈਂ ਪਤਾ ਕਰਿਆ ਉਹ ਨੈਕਸਟ ਮੰਥ ਦੇ ਮਿਡ ਤੱਕ ਆ ਜਾਏਗਾ ਜਿਹੜਾ ਕਿ ਪੀਐਸਪੀਸੀਐਲ ਦਾ ਜੂਨੀਅਰ ਇੰਜੀਨੀਅਰ ਦਾ ਵੈਕੈਂਸੀਜ਼ ਹੈ ਤਾਂ ਰਫਲੀ ਮੇਰੇ ਖਿਆਲ ਚ ਜੇਕਰ ਮੇਰੇ ਤੋਂ ਪੁੱਛੋਗੇ ਸਰ ਤੁਸੀਂ 10000 ਕਿਸ ਬੇਸ ਇਸ ਦੇ ਵਿੱਚ ਮੈਂ ਆਰਬੀਜੀ ਵੀ ਇਨਕਲੂਡ ਕਰ ਰਹੇ ਹਾਂ ਕਿਉਂਕਿ ਆਰਬੀਜੀ ਦੇ ਵਿੱਚ ਤਕਰੀਬਨ 15000 ਵੈਕੈਂਸੀਜ਼ ਪੂਰੇ ਇੰਡੀਆ ਦੇ ਵਿੱਚ ਆਉਣ ਵਾਲੀਆਂ ਨੇ ਜਿਸ ਦੇ ਵਿੱਚ ਮੇਰੇ ਖਿਆਲ ਚ ਕੁਝ 3-400 ਵੈਕੈਂਸੀ ਜਿਹੜੀਆਂ ਤੁਹਾਡੇ ਇਸ ਰੀਜਨ ਦੇ ਲਈ ਰਹਿਣਗੀਆਂ ਜਿਸ ਦੇ ਵਿੱਚ ਤੁਹਾਡਾ ਜੰਮੂ ਵਾਲਾ ਰੀਜਨ ਕੈਟਰ ਕਰਦਾ ਜਿਹੜੇ ਪੰਜਾਬ ਦੇ ਰੀਲ ਕੋਲ ਫੈਕਟਰੀ ਹੈ ਜਾਂ ਫਿਰ ਜਿਹੜਾ ਆਪਣਾ ਡੀਐਮਡਬਲ ਪਟਿਆਲਾ ਵਾਲਾ ਹੈ ਉਹ اسی ਦੇ ਜੰਮੂ ਰੀਜਨ ਦੇ ਵਿੱਚ ਹੀ ਆਉਂਦਾ ਹੈ ਰਾਈਟ ਤਾਂ ਉਹ ਮੈਂ ਸਾਰੇ ਫੈਕਟਰਸ ਕਨਸੀਡਰ ਕਰਕੇ ਅਗਲੇ 1 ਸਾਲ ਦੇ ਵਿੱਚ ਤੁਸੀਂ 1000 ਵੈਕੈਂਸੀਜ਼ ਐਕਸਪੈਕਟ ਕਰ ਸਕਦੇ ਹੋ ਤੇ ਉਸੇ ਦੇ ਰਿਲੇਟਿਡ ਹੀ ਸਾਰ राइट इंजीनियरस पॉइंट योर पीडिया एक ही इंस्टीट्यूट है अपना ऑफलाइन पैलटफॉर्म है अपना ऑनलाइन पैटफॉर्म है उस तो बाद क्या क्या चीज़ें मैं इसने समझा रहा फैकल्टी फैकल्ट डिटेल्स कोर्स कंटेंट क्या होएगा क्लास का टाइमिंग्स क्या होएगा क्लास का ड्यूरेशन क्या होएगा तो सब्जेक्ट वाइज एनास ऑलदो कि इसका एक वीडियो मैं पा चुके हैं रवि सर तो लेकिन एक और फिर मैं दसूंगा इसका एनालिसिस क्या है सब्जेक्ट वाइज उस तो बाद टैक्नीकल टीम जिन्हें भी एग्जाम होएंगे या एस एससी जी जो होएगा उस दू टनीकल और नॉन टैक्निकल दोनों आने हैं ਚਾਰ ਟੀਮ ਮੈਂਬਰਸ ਨੇ ਰਵੀ ਸਰ ਹੋਗੇ त्याਗੀ ਸਰ ਹੋਗੇ ਚੰਦਰ ਸਰ ਹੋਗੇ ਕਿਲਾ ਸਰ ਇਹ ਹੀ ਚਾਰ ਉਹ ਟੀਮ ਮੈਂਬਰਸ ਨੇ ਜਿਨ੍ਹਾਂ ਨੇ ਤੁਹਾਨੂੰ ਜਿਹੜਾ ਹੈ ਮੈਜੋਰਿਟੀ ਤੁਹਾਡਾ ਟੈਕਨੀਕਲ ਪਾਰਟ ਕਵਰ ਕਰਨਾ ਉਸ ਤੋਂ ਬਾਅਦ ਨਾਨ ਟੈਕਨੀਕਲ ਦੇ ਵਿੱਚ त्याਗੀ ਸਰ ਹੈ ਸ਼ੁਭਾ ਮੈਮ त्याਗੀ ਸਰ ਨੇ ਤੁਹਾਨੂੰ ਕੁਆਂਟੀਟੀ ਐਪਟੀਟਿਊਡ ਪਾਰਟ ਕਵਰ ਕਰਨਾ ਹੈ ਸ਼ੁਭਾ ਮੈਮ ਨੇ ਤਾਂ ਇੰਗਲਿਸ਼ ਪਾਰਟ ਕਵਰ ਕਰਨਾ ਹੈ ਜਸਪ੍ਰਿਤ ਮੈਮ ਤੁਹਾਡਾ ਰੀਜ਼ਨਿੰਗ ਵਾਲਾ ਪਾਰਟ ਕਵਰ ਕਰਨਗੇ ਇੱਕ ਹੋਰ ਮੈਮ ਹੈ ਮੁਸਕਾਨ ਮੈਮ ਤੇ ਉਹ ਤੁਹਾਡਾ ਜਿਹੜਾ ਹੈ ਪੰਜਾਬ ਪੰਜਾਬੀ ਜੀਕੇ ਵਾਲਾ ਜਿਹੜਾ ਪਾਰਟ ਹੈ ਉਹ ਕਵਰ ਕਰਨਗੇ ਰਾਈਟ ਤੇ অলরেডি ਉਹ ਕਲਾਸਿਸ ਲੈ ਵੀ ਰਹੀ ਹੈ ਅਗਰ ਤੁਸੀਂ ਤੁਹਾਡੇ ਕੋਈ ਮੇਰੇ ਕੋਈ ਐਸਾ ਕੈਂਡੀਡੇਟ ਜਿਹੜਾ ਸਿਵਲ ਦੇ ਰਿਲੇਟਡ ਹੈ ਜਿਹੜੇ ਸਾਡੇ ਨਾਲ ਜੁਆਇਨ ਕੀਤਾ ਉਹਨਾਂ ਨੂੰ ਪਤਾ ਕਿ ਮਸਕਾਨ मैम ਕਲਾਸਿਸ ਲੈ ਰਹੇ ਹੈ ਰਾਈਟ ਉਸ ਤੋਂ ਬਾਅਦ ਇੱਕ ਇੱਕ ਕਰਕੇ ਕਵਰ ਕਰਦੇ ਲਾਈਵ ਕਲਾਸਿਸ ਰਹਿਣਗੀਆਂ ਲਾਈਵ ਔਨਲਾਈਨ ਕਲਾਸਿਸ ਰਹਿਣਗੀਆਂ ਲਾਈਵ ਔਨਲਾਈਨ ਕਲਾਸ ਹੋਣ ਤੋਂ ਬਾਅਦ ਤੁਹਾਨੂੰ ਉਸ ਦਾ ਰਿਕਾਰਡਿੰਗ ਮਿਲ ਜੇਗਾ ਤੇ ਜੋ ਵੀ ਟੀਚਰ ਉਸ ਦੇ ਵਿੱਚ ਟੀਚ ਕਰ ਰਿਹਾ ਉਸ ਦਾ ਤੁਹਾਨੂੰ ਪੀਡੀਐਫ ਸ਼ੇਅਰ ਹੋ ਜਾਂਦਾ ਜਿਸ ਨੂੰ ਤੁਸੀਂ ਡਾਊਨਲੋਡ ਕਰ ਸਕਦੇ ਹੋ ਤੁਸੀਂ ਉਸ ਦਾ ਪ੍ਰਿੰਟ ਕਢਵਾ ਸਕਦੇ ਹੋ ਤੁਹਾਨੂੰ ਜਿਆਦਾ ਲਿਖਣ ਦੀ ਜ਼ਰੂਰਤ ਨਹੀਂ ਹੁੰਦੀ ਹੈ ਕਿ ਥਿਊਰੀ ਵਗੈ ਰੈਗੂਲਰ ਡਾਊਟ ਸੈਸ਼ਨ ਚੱਲਦੇ ਰਹਿਣੇ ਨੇ ਟੀਚਰਸ ਦੇ ਤੁਸੀਂ ਡਾਇਰੈਕਟ ਕੰਟੈਕਟ ਚ ਰਹਨੇ ਹੋ ਡੈਡੀਕੇਟਿਡ ਵਟਸਐਪ ਗਰੁੱਪ ਦੇ ਵਿੱਚ ਰੋਗੇ ਤੇ ਉਸ ਦੇ ਤੁਹਾਡੇ ਰੈਗੂਲਰ ਡਾਊਟ ਸੈਸ਼ਨ ਜਿਹੜੇ ਹਾਂ ਉਹ ਚੱਲਦੇ ਰਹਿਣਗੇ ਸਟੱਡੀ ਮਟੀਰੀਅਲ ਬਹੁਤ ਇੰਪੋਰਟੈਂਟ ਹੈ ਸਟੱਡੀ ਮਟੀਰੀਅਲ ਦੇ ਤੁਹਾਡਾ ਜਿਹੜਾ ਮੈਂ ਹੁਣੀ ਗੱਲ ਕਰੀਏ ਪੀਡੀਐਫ ਨੋਟਸ ਵੀ ਆਏਗਾ ਤੇ ਇਸ ਦੇ ਵਿੱਚ ਤਕਰੀਬਨ 4000 ਦੇ ਆਸ-ਪਾਸ ਨਾਟ 4000 4000 ਦਾ ਸਿਵਲ ਦਾ ਬੁੱਕਲੇਟ ਹੈ ਇਲੈਕਟ੍ਰੀਕਲ ਦੇ ਇਸ ਕੰਪੈਟਿਟਿਵਲੀ ਘਟਾ ਹੈ ਕਿਉਂਕਿ ਨੰਬਰ ਆਫ ਸਬਜੈਕਟਸ ਕੰਪੈਟਿਟਿਵ ਜੋਦਰ ਰੈਲੇਵੈਂਟ ਕੁਐਸਚਨਸ ਹੈ ਸਾਰੇ ਦੇ ਸਾਰੇ ਟੈਸਟ ਸੀਰੀਜ਼ਿਸ ਦੇ ਵਿੱਚ ਇਨਕਲੂਡ ਰਹੇਗੀ ਜਿਸ ਦੇ ਵਿੱਚ ਸਬਜੈਕਟ ਵਾਈਜ਼ ਟੈਸਟ ਹੋਏਗੇ ਜਿਸ ਦੇ ਵਿੱਚ ਫੁੱਲ ਮੌਕ ਟੈਸਟ ਹੋਏਗੇ ਐਸ ਪਰ ਯੂਅਰ ਐਗਜ਼ਾਮ ਪੈਟਰਨ ਐਸ ਪਰ ਦੀ ਰਿਕੁਆਇਰਮੈਂਟਸ ਆਫ ਦੀ ਐਗਜ਼ਾਮ ਡੈਡੀਕੇਟਿਡ WhatsApp ਗਰੁੱਪ ਮੈਂ ਤੁਹਾਨੂੰ ਪਹਿਲੇ ਹੀ ਦੱਸਿਆ ਇਸ ਦਾ ਪਰ ਬੈਨੀਫਿਟ ਕੀ ਹੈ ਇੱਕ ਤਾਂ ਦੂਸਰੇ ਨਾਲ ਆਪਸੇ ਡਿਸਕਸ਼ਨ ਕਰਨੀ ਹੈ ਸਾਡੇ ਵੱਲੋਂ ਕੋਈ ਇਮੀਡੀਏਟ ਮੈਸੇਜ ਦੇਣਾ ਸਾਰਿਆਂ ਨੂੰ ਉਸ ਤੋਂ ਬਾਅਦ ਜਿਹੜਾ ਹੈ ਟੀਚਰ ਦੇ ਨਾਲ ਤੁਸੀਂ ਉਰੇ ਕੰਟੈਕਟ ਚ ਰਹਿੰਦੇ ਹੋ ਇਹ WhatsApp ਗਰੁੱਪ ਜਿਹੜਾ ਹੈ ਇਸ ਦਾ ਇਹ ਬੈਨੀਫਿਟ ਹੈ ਰੈਗੂਲਰ ਮੋਨਿਟਰਿੰਗ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿੰਨਾ ਕੰਟੈਂਟ ਤੁਸੀਂ ਕਰ ਲਿਆ ਕਿੰਨਾ ਰਹਿ ਗਿਆ ਕਿੰਨਾ ਪਰਸੈਂਟੇਜ ਤੁਸੀਂ ਦੇਖਿਆ ਨਹੀਂ ਦੇਖਿਆ ਲਾਈਵ ਤੁਸੀਂ ਕਲਾਸ ਅਟੈਂਡ ਕਰੀਆ ਨਹੀਂ ਕਰੀਆ ਸਾਰੀ ਮੋਨਿਟਰਿੰਗ ਸਾਡੇ ਕੋਲ ਹੁੰਦੀ ਹੈ ਉਸ ਦੇ थ्रू ਤੁਹਾਨੂੰ ਫੀਡਬੈਕ ਰੈਗੂਲਰਲੀ ਮਿਲ ਜਾਂਦਾ ਹੈ ਟੈਕਨੀਕਲ ਕੰਟੈਂਟ ਬਹੁਤ ਅੱਛੇ ਤਰੀਕੇ ਨਾਲ ਕਵਰ ਹੋਏਗਾ ਟੀਮ ਇਹ ਤੁਹਾਨੂੰ ਦਿਖਾਤੀ ਹੈ ਨਾਨ ਟੈਕਨੀਕਲ ਕੰਟੈਂਟ ਬਹੁਤ ਅੱਛੇ ਤਰੀਕੇ ਨਾਲ ਕਵਰ ਹੋਏਗਾ ਟੀਮ ਦਿਖਾਤੀ ਹੈ ਸਟੇਟ ਵਾਈਜ਼ ਕੰਟੈਂਟ ਪੰਜਾਬ ਪੰਜਾਬ ਜੀਕੇ ਤੁਹਾਡਾ ਇਹ ਸਾਰਾ ਦਾ ਸਾਰਾ ਕੰਟੈਂਟ ਹੈ ਜਿਹੜਾ ਆਪਾਂ ਉਰੇ ਕਵਰ ਕਰਾਂਗੇ ਬਹੁਤ ਉਸ ਤੋਂ ਬਾਅਦ ਟਾਈਮਿੰਗ ਦੇ ਰਿਲੇਟਡ ਟਾਈਮਿੰਗ ਅਗੇਨ ਦੇਖੋ ਇਹ ਕੁਝ ਐਸਾ स्लॉट ਹੈ ਜਿਸ ਦੇ ਵਿੱਚ ਮੈਜੋਰਟੀ ਆਫ ਦਿ ਸਟੂਡੈਂਟਸ ਫ੍ਰੀ ਹੁੰਦੇ ਆ ਆਪਣੇ ਡਿਊਟੀ ਆਰਸ ਤੋਂ ਇਲਾਵਾ ਕਿਉਂਕਿ ਡਿਊਟੀ ਆਰਸ ਇੱਕ ਬਹੁਤ بڑا ਹੈ ਕੁਝ ਬੱਚੇ ਜੌਬ ਕਰ ਰਹੇ ਹਨ ਜਾਂ ਕਾਲਜ ਗੋਇੰਗ ਹੈ ਤਾਂ ਉਹਨਾਂ ਨੂੰ ਟਾਈਮਿੰਗ ਦਾ ਇੱਕ ਬਹੁਤ بڑا ਇਸ਼ੂ ਆ ਤਾਂ ਮੈਂ स्लॉट ਰੱਖੇ ਹੂਰੇ ਕਿ ਸਪੈਲਾ ਸਲੋਟ 7 ਤੋਂ 9 ਸ਼ਾਮ ਵਾਲਾ ਸਲੋਟ 6 ਤੋਂ 11 ਕਿ ਅਦਰਵਾਈਜ਼ ਅਗਰ ਕਦੇ ਵੀ ਕਲਾਸ ਜਿਹੜੀ ਸ਼ਡਿਊਲ ਹੋਏਗੀ ਐਕਸੈਪਟ ਸੰਡੇ ਹੈ ਕਿਉਂਕਿ ਸੰਡੇ ਨੂੰ ਡੇ ਟਾਈਮ ਦੇ ਵਿੱਚ ਹੀ ਕਲਾਸਿਸ ਹੁੰਦੀਆਂ ਐਕਸਟਰਾ ਕਲਾਸਿਸ ਤਾਂ ਇਹ ਸਲੋਟ ਦੇ ਵਿੱਚ ਹੀ ਤੁਹਾਡੀ ਕਲਾਸ ਉਸ ਤੋਂ ਬਾਅਦ ਵੈਲਿਡਿਟੀ ਜਿਹੜੀ ਹੈ ਮੋਡਿਊਲ ਦੀ ਮੋਡਿਊਲ ਦੀ ਵੈਲਿਡਿਟੀ ਹੈ 1 ਸਾਲ ਦੀ 1 ਸਾਲ ਦੀ ਵੈਲਿਡਿਟੀ ਹੈ ਲਾਂਚਿੰਗ ਪ੍ਰਾਈਸ ਆਪਾਂ ਰੱਖਿਆ ਸੀਗਾ 4500 ਲੇਕਿਨ 23 ਤਾਰੀਖ ਤੱਕ ਕੱਲ ਕਿਉਂਕਿ ਇਸ ਦਾ ਬੈਚ ਲਾਂਚ ਹੋਣ ਜਾ ਰਿਹਾ ਤੇ ਕੱਲ ਤੱਕ ਜਿਹੜਾ ਵੀ ਬੱਚਾ ਇਸ ਵਿੱਚ ਰਜਿਸਟਰ ਕਰ ਲੇਗਾ ਉਹਨਾਂ ਲਈ ਜਿਹੜੇ ਚਾਰजेस ਨੇ ਉਹ 3900 ਦੇ ਆਸ-ਪਾਸ ਜਿਹੜਾ ਹੈ 13900 ਸੌਰੀ ਜਿਹੜੇ ਹੈ ਇਸਦੇ ਲਈ ਚਾਰਜ ਹੋਏਗਾ ਤਾਂ ਤੁਸੀਂ ਜੁਆਇਨ ਕਰ ਸਕਦੇ ਹੋ ਜੁਆਇਨ ਕਰਕੇ ਤੁਸੀਂ ਇਸ ਦਾ अर्ਲੀ ਬਰਡ ਦਾ ਵੀ ਇੱਕ ਬੈਨੀਫਿਟ ਲੈ ਸਕਦੇ ਹੋ ਤੇ ਉਸ ਤੋਂ ਬਾਅਦ ਤੁਸੀਂ ਆਪਣੀ ਕੱਲ ਤੋਂ ਹੀ ਕਲਾਸਿਸ ਜਿਹੜੀਆਂ ਹੈ ਸ਼ੁਰੂ ਕਰ ਸਕਦੇ ਹੋ ਹੁਣ ਇਸ ਦੇ ਵਿੱਚ ਇੱਕ ਪੁਆਇੰਟ ਇਹ ਸੀਗਾ ਕਿ ਐਨਾਲਿਸਿਸ ਵਾਲਾ ਪਾਰਟ ਸਬਜੈਕਟ वाइज ਐਨਾਲਿਸਿਸ ਮੈਂ ਤੁਹਾਨੂੰ ਬੜੀ ਸਿੰਪਲ ਜੀ ਦੱਸਦਾ ਪੰਜਾਬ ਦੇ ਦੇਖੋ ਦੋ ਪਾਰਟ ਹੈ ਤੁਸੀਂ ਕੋਈ ਵੀ ਇਗਜ਼ਾਮ ਦੀ ਤਿਆਰੀ ਕਰੋ ਡਿਪਲੋਮਾ ਲੈਵਲ ਦੀ ਇੱਕ ਟੈਕਨੀਕਲ ਪਾਰਟ ਹੈ ਜਿਸ ਸੇ ਤੁਹਾਡੇ ਸਬਜੈਕਟਸ ਆ ਜਾਣਗੇ ਸਬਜੈਕਟ ਕਿਹੜੇ-ਕਿਹੜੇ ਇੰਪੋਰਟੈਂਟ ਹੈ ਪਹਿਲਾਂ ਤਾਂ ਕੋਰਸ ਸਬਜੈਕਟਸ ਤੁਹਾਡੇ ਪਾਵ ਉਸ ਤੋਂ ਬਾਅਦ ਆ ਬੇਸਿਕ ਇਲੈਕਟ੍ਰੀਕਲ ਬੇਸਿਕ ਇਲੈਕਟ੍ਰੋਨਿਕਸ ਨੈਟਵਰਕ ਥਿਊਰੀ ਤਿੰਨ ਸਬਜੈਕਟ ਬਹੁਤ ਇੰਪੋਰਟੈਂਟ ਹੈ ਉਸ ਤੋਂ ਬਾਅਦ ਆ ਜੋ ਡਿਜੀਟਲ ਇਲੈਕਟ੍ਰੋਨਿਕਸ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਇਸ ਤੋਂ ਇਲਾਵਾ ਜਿਹੜੇ ਸਬਜੈਕਟ ਹੁਣ ਬਚੇ ਆ ਪਾਵਰ ਇਲੈਕਟ੍ਰੋਨਿਕਸ ਬਹੁਤ ਹੀ ਕਟਵਿਟੇਜ ਹੈ ਐਨਲੌਗ ਵਗੈਰਾ ਕੰਟਰੋਲ ਵਗੈਰਾ ਸਿਗਨਲ ਵਗੈਰਾ ਬਹੁਤ ਹੀ ਕਟਵਿਟੇਜ ਹੈ ਇਹਨਾਂ ਸਬਜੈਕਟਸ ਦੇ ਵਿੱਚੋਂ ਆਪਾਂ ਉਹੀ ਕੰਟੈਂਟ ਕਵਰ ਕਰਾਂਗੇ ਜਿੰਨਾ ਕ ਆਪਾਂ ਨੂੰ ਇਨ ਐਗਜ਼ਾਮਸ ਦੇ ਵਿੱਚ ਆਉਂਦਾ ਹੈ ਆਦਰਵਾਇਜ਼ ਮੇਨ ਸਬਜੈਕਟ ਕਿਹੜੇ ਕਿੰਨੇ ਸਬਜੈਕਟ ਡਿਜੀਟਲ ਇਲੈਕਟ੍ਰੋਨਿਕਸ ਡਿਜੀਟਲ ਦਾ ਵੇਟੇਜ ਬਹੁਤ ਜ਼ਿਆਦਾ ਵਧਦਾ ਚੱਲਿਆ ਜਾ ਰਿਹਾ ਉਸ ਤੋਂ ਬਾਅਦ ਪਾਵਰ ਸਿਸਟਮ ਇਲੈਕਟ੍ਰੀਕਲ ਮਸ਼ੀਨਸ ਮੈਜ਼ਰਮੈਂਟ ਇਹ ਸਬਜੈਕਟ ਜਿਹੜਾ ਹੈ ਤੁਹਾਡਾ ਮжоਰਿਟੀ ਸਬਜੈਕਟ ਕਵਰ ਕਰਨਗੇ ਟੈਕਨੀਕਲ ਦੇ ਪੁਆਇੰਟ ਆਫ 뷰 ਨਾਲ ਨਾਨ ਟੈਕਨੀਕਲ ਦੇ ਵਿੱਚ ਜਿਹੜਾ ਹੈ ਤੁਹਾਡਾ ਅਗੇ ਕਵਾਂਟਿਟਿਟਿਡ ਐਬਿਟਿਊਡ ਰੀਜ਼ਨਿੰਗ ਇੰਗਲਿਸ਼ ਜਨਰਲ ਸਟੱਡੀਜ਼ ਪੰਜਾਬ ਜੀਕੇ ਇਹ ਕੰਟੈਂਟ ਆਪਾਂ ਨੇ ਕਵਰ ਕਰਨਾ ਇਸ ਦੇ ਵਿੱਚ ਹੁਣ ਐਨਾਲਿਸਿਸ ਕਿਸ ਚੀਜ਼ ਕਿੰਨਾ ਜ਼ਿਆਦਾ ਵੇਟੇ ਜਾਂਦਾ ਆਬਵੀਅਸ ਹੈ ਕਿ ਜਿਹੜੇ ਤੁਹਾਡੇ ਕੋਰਸ ਸਬਜੈਕਟਸ ਹੈ ਉਸ ਦੇ ਵਿੱਚ ਜਿਹੜਾ ਉਸ ਦਾ ਵੇਟੇਜ ਜ਼ਿਆਦਾ ਰਹਿੰਦਾ ਔਰ ਉਸ ਤੋਂ ਬਾਅਦ ਜਿਹੜੇ ਨੋਨ ਕੋਰਸ ਸਬਜੈਕਟਸ ਹੈ ਜਿਹੜੇ ਨੋਨ ਟੈਕਨੀਕਲ ਸਬਜੈਕਟਸ ਹੈ ਉਹਨਾਂ ਦੇ ਵਿੱਚੋਂ ਜਿਹੜਾ ਤੁਹਾਨੂੰ ਜਿਹੜਾ ਵੇਟੇਜ ਅਕੋਰਡਿੰਗਲੀ ਆਏਗਾ ਰਫਲੀ 90 30 ਦਾ ਜਿਹੜਾ ਰਹਿੰਦਾ ਪੀਟਰ ਪਲੱਸ ਬੀ ਦਾ ਰਹਿੰਦਾ ਹੈ ਐਸਐਸਸੀ ਜੀ ਦਾ ਤੁਹਾਨੂੰ ਪਤਾ ਕਿ 100 ਕੁਐਸਚਨਸ ਟੈਕਨੀਕਲ ਆਉਂਦੇ ਆ 50 ਰੀਜ਼ਨਿੰਗ ਦੇ ਉਸ ਤੋਂ ਬਾਅਦ ਫਿਰ 50 ਜਨਰਲ ਸ ਸਾਨੂੰ ਇਸ ਤਰੀਕੇ ਨਾਲ ਕਰਵਾਇਆ ਜਾਏਗਾ ਕਿ ਜਿਸ ਦੇ ਨਾਲ ਤੁਹਾਡੇ ਸਾਰੇ ਇਗਜ਼ਾਮ ਦੇ ਪਰਪਸ ਜਿਹੜੇ ਡਿਪਲੋਮਾ ਲੈਵਲ ਦੇ ਉੱਪਰ ਬੇਸਡ ਹੈ ਉਹ ਸਾਰੇ ਇਗਜ਼ਾਮ ਦੇ ਪਰਪਸ ਸੋਲਵ ਹੋ ਜਾਣੇ ਨਾਲ ਦੀ ਨਾਲ ਇਹਨਾਂ ਸਾਰੇ ਇਗਜ਼ਾਮ ਦੇ ਪ੍ਰੀਵियस ਈਅਰ ਪੇਪਰ ਸੋਲਵ ਕਰਾਂਗੇ ਸਾਰੀ ਚੀਜ਼ ਮਤਲਬ ਕਿ ਨਰਸ਼ਲ ਦੇ ਵਿੱਚ ਇੱਕ ਬਹੁਤ ਕੰਪਰੀਹੈਂਸਿਵ ਮੋਡਿਊਲ ਹੈ ਔਰ ਇਹ ਮੋਡਿਊਲ ਮੋਰ ਦੈਨ ਸਫੀਸ਼ੀਐਂਟ ਹੈ ਤੁਹਾਡੀ ਇਗਜ਼ਾਮ ਨੂੰ ਕ੍ਰੈਕ ਕਰਨ ਦੇ ਲਈ ਤੁਸੀਂ ਕਰਨਾ ਕੀ ਹੈ ਮੈਂ ਅਗੇਨ ਜਿਹੜਾ ਕਿ ਮੈਂ ਹਰ ਵੀਡੀਓ 'ਚ ਬੋਲਦਾ ਕਿਉਂਕਿ ਮੈਨੂੰ ਕੰਫੀਡੈਂਸ ਹੈ ਆਪਣੀ ਟੀਮ ਦੇ ਉੱਪਰ ਕਿਉਂਕਿ ਜਿਹੜੇ ਜਿਹੜੇ ਜਿਹੜੀ ਇਸ ਵਿੱਚ ਟੀਚ ਕਰ ਰਹੇ ਆ ਉਹਨਾਂ ਨੂੰ ਬਹੁਤ ਵਾਸਟ ਐਕਸਪੀਰੀਅੰਸ ਹੈ ਉਹਨਾਂ ਨੂੰ ਪਤਾ ਕਿੱਥੇ ਤੋਂ ਕੁਐਸਚਨ ਆਣੇ ਆ ਕਿਸ ਤਰ੍ਹਾਂ ਦੇ ਕੁਐਸਚਨ ਪ੍ਰੈਕਟਿਸ ਕਰਵਾਣੇ ਆ ਟੈਸਟ ਸੀਰੀਜ਼ ਦੇ ਵਿੱਚ ਜਾਂ ਲਾਈਵ ਕਲਾਸਿਸ ਦੇ ਵਿੱਚ ਕਿਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਜਿਹੜੇ ਹੈ ਇਹਨਾਂ ਨੇ ਲਾਈਵ ਕਲਾਸਿਸ ਕਰਵਾਉਣਗੇ ਜਾਂ ਅਦਰਵਾਈਜ਼ ਹੋਰ ਕੰਟੈਂਟ ਦੇਣਗੇ ਉਹਨਾਂ ਨੂੰ ਪਤਾ ਹੈ ਸਾਰਾ ਬਹੁਤ ਵਾਸਟ ਐਕਸਪੀਰੀਅੰਸ ਹੈ ਤੇ ਇਸ ਤਰੀਕੇ ਨਾਲ ਹੈ ਬਾਕੀ ਹੁਣ ਅਗਰ ਤੁਹਾਨੂੰ ਕੋਈ ਵੀ ਇਸ ਤੋਂ ਬਾਅਦ ਅਗਰ ਕੋਈ ਡਾਊਟ ਆਂਦਾ ਹੈ ਤਾਂ ਔਰ ਤੁਸੀਂ ਡਿਸਕ੍ਰਿਪਸ਼ਨ ਚ ਆਪਣਾ ਜਿਹੜਾ Google ਫਾਰਮ ਹੈ ਉਸ ਨੂੰ ਫਿਲ ਕਰ ਦਿਓ ਲਿੰਕ দেয়া ਹੈ ਉਸ ਨੂੰ ਡਾਇਰੈਕਟਲੀ ਜੁਆਇਨ ਕਰਨ ਦਾ ਵੈਬਸਾਈਟ ਤੋਂ ਤੁਸੀਂ ਉਸ ਨੂੰ ਜੁਆਇਨ ਕਰ ਸਕਦੇ ਹੋ ਕੋਈ ਡਾਊਟ ਰਹਿੰਦਾ ਮੇਰੇ ਨਾਲ ਤੁਸੀਂ ਡਿਸਕਸ਼ਨ ਕਰਨਾ ਚਾਹੁੰਦੇ ਤਾਂ ਮੇਰਾ ਨੰਬਰ ਵੀ ਇਸ ਦੇ ਵਿੱਚ ਜਿਹੜਾ ਹੈ ਉਹ দেয়া ਹੋਇਆ ਹੈ ਰਾਈਟ ਜੁਆਇਨ ਕਰੋ ਈਸੀਪੀ ਦੇ ਨਾਲ ਜੁੜੋ ਯੂਰਪੀਡੀਆ ਟੀਮ ਦੇ ਨਾਲ ਜੁੜੋ ਤੇ ਆਪਣਾ ਜਿਹੜਾ ਸਿਲੈਕਸ਼ਨ ਹੈ ਉਸ ਨੂੰ ਐਨਸ਼ੋਰ ਕਰੋ ਰਾਈਟ ਥੈਂਕ ਯੂ